अमन 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 बस नेटफ्लिक्स लाई होनी है, खुब्बे रहिंदे ने पूरे दिन नेटफ्लिक्स दे विच। सारा समान बाहर पिया आ, चाह ते बनावा। 6-7 घंटे लाते होने आज नेटफ्लिक्स ते, सवेर दी लगे होए ने जल्दी गई आ। भांडे मार दिया हूं पहला। रबिश बैग लाया नहीं, उधर मैं चाह पत्ती सुटती, मेरा तो काम बदी जाता है घटन की बजाय। अमन तुसी रबिश खाली किया सी, उधर बैग ते मुड़ के ला देना सी। अमन जे काम करते होंगे उन्हें पूरा ते कर दिया करो, अद्धा काम करने का की फायदा है, काम किया उन्हें सिरे ते लाओ। रबिश चकती, तेन तो इसे गल का शुक्रिया करना चाहिए। मैं तंग ना कर, मैं 6वें एपीसोड से पहुंचा है, 4 एपीसोड होर रह गए। ओके मैं देख लैन दे, नाले शुक्रिया, कंप्लेना घट कर कदे, धन्यवाद भी करते कर भी हाँ तुसी रबिश चकती। अमन अद्धा काम करने की बजाय तो बंदा ना ही करे, दूजे का काम जरा तो ना बदे ना। मैनू समझ नहीं आती, मैं आँदी सी उत्थे लॉन्ड्री भी हॉल च पई आ, भी उन्होंने लॉन्ड्री के रूम च तो पा देंगे, हूँ मैं की कहना वा तुहानू। ਉਹ ਲਾਂਡਰੀ ਮੈਡਮ ਉੱਤੋਂ ਇਕੱਠੀ ਕਰ ਲੈਂਦੀ, ਤੌਲੀ ਚੱਕ ਕੇ ਤੇਰੀ ਇੱਥੇ ਲੈ ਕੇ ਰੱਖਦੀ, ਉਹ ਬਹੁਤ ਨਹੀਂ। ਮੈਂ ਹੈਰਾਨ ਆ ਤੇਰੇ ਤੇ, ਜਿਹੜਾ ਮੈਂ ਕੰਮ ਕਰਦਾ ਆ ਤੂੰ ਉਹਨੂੰ ਨਹੀਂ ਗਿਣਨਾ ਹੈਗਾ, ਜਿਹੜਾ ਨਹੀਂ ਕੀਤਾ ਉਹ ਮੇਰੇ ਸਿਰ ਲੈ ਕੇ ਚੜ ਜਾ। ਮੇਰਾ ਖੇੜਾ ਛੱਡ, ਮੈਨੂੰ ਐਪੀਸੋਡ ਦੇਖਣਾ ਤੇ ਮੈਨੂੰ ਗੁੱਸਾ ਨਾ ਦਵਾ। ਓਕੇ ਪਲੀਜ਼ ਗੋ। ਤੁਹਾਨੂੰ ਇਦਾਂ ਨਹੀਂ ਸਮਝ ਲੱਗਣੀ, ਹੋਰ ਹੀ ਤਰੀਕਾ ਲੱਭਣਾ ਪੈਣਾ। ਸਮਝਾਉਂਦੀ ਹਾਂ ਮੈਂ ਤੁਹਾਨੂੰ ਹੁਣ। ਜਿੰਮ ਚ ਕੇ ਆਈ ਹੁਣ ਮਾੜਾ ਜਿਹਾ ਨੈੱਟਫਲਿਕਸ ਤਾਂ ਕਰਤੀ ਫਿਨਿਸ਼। ਸਮੈਲ ਕਾਹਦੀ ਹੁੰਦੀ ਆ? ਸਾਈਪਰ ਓ ਜੈਸਮਿਨ, ਐ ਜੈਸਮਿਨ। ਹਾਂਜੀ ਹਾਂਜੀ ਜੈਸਮਿਨ, ਆ ਕੀ ਹੈ ਡਾਇਪਰ ਗੰਦਾ ਪੋਟੀ ਵਾਲਾ, ਉਹਦਾ ਨਦਰ ਦਾ ਇੱਥੇ ਪਿਆ, ਮੁਸ਼ਕ ਮਾਰਦਾ ਸਮੈਲ, ਤੂੰ ਡਾਇਪਰ ਚੇਂਜ ਕਰਕੇ ਸਿੱਟਿਆ ਕਾਹਦਾ ਨਹੀਂ ਬਾਹਰ ਇਹਨੂੰ? ਹੁਣ ਨਦਰ ਨੇ ਕੀਤੀ ਪੋਟੀ, ਉਹਦੀ ਕਰਤੀ ਮੈਂ ਪੋਟੀ ਸਾਫ਼, नया डायपर लाता ओदे, तुसी ए सब कुछ ना देखियो, तुसी ए देखियो कि ओदा मुश्क मारदा डायपर मैं इत्थे छड़ता। कोई तेरी सेंस भी बनती है यार, जद बंदा डायपर चेंज करदा ता पुराना डायपर जी ते मुश्क मार ओनु घर च खुशबू फैलाउण नु छड्डे, ओनु सिटना भी बंदा इहनू चाहीदा। छड छड, मैं सिर देना नु, मैं जाणा जिम, मेरी कमीज किथे है जिहड़ी जिम वाली आ, मैं धोती ओह। हां हां धोती, मैं जाके लॉन्ड्री च देखो। कपड़े उत्तो लियांदे हॉलवे ते छड़ते, हुण मैं उन्हां नूं लॉन्ड्री च पाया, उन्हां नूं वॉशिंग मशीन च पाया, उन्हां नूं धोया, तुहानूं ओह सब कुछ नहीं दिख रहा? ऐ तुहानूं जदे दिख गया कि मैं उन्हां नूं सुकणे नहीं पाया। ਜੈਸਮਿਨ ਤੈਨੂੰ ਨਹੀਂ ਕੋਈ ਜਿੱਤ ਸਕਦਾ, ਜਿੰਮ ਤਾਂ ਮੇਰਾ ਗਿਆ ਹੁਣ ਖੂਹ ਖਾਤੇ, ਤੂੰ ਮੈਨੂੰ ਕੁਛ ਖਾਣ ਨੂੰ ਹੈਗਾ ਹੁਣ ਉਹ ਦੇ ਦੇ ਪਲੀਜ਼, ਮੈਨੂੰ ਭੁੱਖ ਲੱਗੀ ਆ ਬਹੁਤ ਯਾਰ, ਇੰਨਾ ਕਿਸਾਨ ਕਰਦੇ ਮੇਰੇ ਤੇ। ਲਓ ਜੀ ਖਾ ਲਓ। ਓ ਵਾਹਿਗੁਰੂ, ਉਹ ਠੰਡੇ ਕਰੇਲੇ ਪੈਕਟ ਚੋਂ ਕੱਢ ਕੇ ਪਲੇਟ ਚ ਮਾਰੇ, ਮੈਂ ਤਾਂ ਛਕਾਉਣ ਲੱਗ ਗਿਆ ਠੰਡ ਨਾਲ। ਆ ਕੀ ਕੀ ਤੁਹਾਨੂੰ ਸਬਜ਼ੀ ਬਣਾਇਆ ਮੈਂ, ਕਿਵੇਂ ਖਾਵਾਂ ਇਹਨੂੰ, ਤੇਰਾ ਦਿਮਾਗ ਠੀਕ ਹੈ ਯਾਰ? ਨਹੀਂ ਕੀ ਖਰਾਬੀ ਹੈ, ਖਾ ਲਓ, ਸਬਜ਼ੀ ਹੈ ਕਰੇਲਿਆਂ ਦੀ। ਆ ਕਰੇਲਿਆਂ ਦੀ ਸਬਜ਼ੀ ਹੁੰਦੀ ਆ? ਕਰੇਲਿਆਂ ਦੀ ਸਬਜ਼ੀ ਤਾਂ ਬਣਨੀ ਸੀ ਜੇ ਤੂੰ ਇਹਨੂੰ ਤੜਕਾ ਲਾਉਂਦੀ, ਪਕਾਉਂਦੀ, ਸਬਜ਼ੀ ਬਣਾਉਂਦੀ ਤਾਂ ਸਬਜ਼ੀ ਬਣਨੀ ਸੀ, ਇਹ ਤਾਂ ਅੱਧਾ ਕੰਮ ਹੈ। ਤੈਨੂੰ ਹੋਇਆ ਕੀ ਆ, ਡਾਇਪਰ ਪਹਿਲਾਂ ਤੂੰ ਲਾ ਕੇ ਜਵਾਕ ਦਾ ਮੁਸ਼ਕ ਫਲਾਉਣ ਨੂੰ ਸਿੱਟਿਆ ਨਹੀਂ, ਅੱਧਾ ਕੰਮ ਉਹ ਕੀਤਾ, ਫਿਰ ਤੂੰ ਮੇਰੀ ਕਮੀਜ਼ ਧੋਤੀ ਸੁੱਕਣੀ ਨਹੀਂ ਪਾਈ, ਆ ਹੁਣ ਸਬਜ਼ੀ ਮੇਰੇ ਠੰਡੀ ਮੱਥੇ ਮਾਰੀ ਬੈਗ ਚੋਂ ਕੱਢ ਕੇ ਇਹਨੂੰ ਤੂੰ ਕਹਿੰਦਾ ਵੀ ਖਾ ਲਓ, ਅੱਧਾ ਕੰਮ ਕਰਨ ਨਾਲ ਤਾਂ ਬੰਦਾ। ਬੋਲੋ ਬੋਲੋ ਹੁਣ ਕੀ ਬੋਲ ਰਹੇ ਸੀਗੇ ਕਿ ਬੰਦਾ ਅੱਧਾ ਕੰਮ ਕਰਨ ਦੀ ਬਜਾਏ ਤੇ ਕੰਮ ਨਾ ਹੀ ਕਰੇ ਤੇ ਜ਼ਿਆਦਾ ਚੰਗਾ ਆ, ਹੈ ਨਾ ਜੈਸਮਿਨ? ਅੱਛਾ ਠੀਕ ਹੈ ਠੀਕ ਹੈ, ਲੱਗ ਗਈ ਸਮਝ ਵੀ ਕਰੇਲੇ ਮੈਨੂੰ ਠੰਡੇ ਕਿਉਂ ਮਿਲੇ। ਹਾਂਜੀ ਲੱਗ ਗਈ ਸਮਝ, ਹੁਣ ਸਮਝ ਲੱਗ ਗਈ ਮੈਨੂੰ, ਜਦ ਰਬਿਸ਼ ਚੱਕੀ ਸੀ ਤਾਂ ਮੈਂ
ਬੈਗ ਲਾਉਣਾ ਜ਼ਰੂਰੀ ਸੀ। ਅੱਧਾ ਕੰਮ ਕਰਨ ਨਾਲ ਤਾਂ ਕੋਈ ਕੰਮ ਨਾ ਹੀ ਕਰੇ ਤੇ ਉਹ ਜ਼ਿਆਦਾ ਚੰਗਾ ਆ। ਕਈ ਵਾਰ ਤਰੀਕਾ ਲੱਭਿਆ ਤੁਸੀਂ ਸਮਝਾਉਣ ਦਾ ਮੈਨੂੰ। ਵੈਸੇ ਕਈ ਵਾਰ ਅੱਧਾ ਹੁੰਦਾ ਆ, ਆਪਾਂ ਆਪਣੇ ਕੰਮਾਂ ਦੀ ਲਿਸਟ ਘਟਾਉਣ ਲਈ ਕਿਸੇ ਹੋਰ ਦੇ ਕੰਮਾਂ ਦੀ ਲਿਸਟ ਵਧਾ ਦਿੰਦੇ ਹਾਂ ਬਿਨਾਂ ਸੋਚੇ ਸਮਝੇ। ਇਸ ਕਰਕੇ ਕਦੇ ਵੀ ਜੇ ਕੰਮ ਕਰਨਾ ਆ ਅੱਧਾ ਨਾ ਕਰੋ, ਤਾਂ ਕਿ ਕਿਸੇ ਹੋਰ ਦਾ ਕੰਮ ਹੋਰ ਵੱਡਾ ਬੜ ਨਾ ਜਾਵੇ। ਤੇ ਜੇ ਕਿਸੇ ਨੂੰ ਸਮਝਾਉਣਾ ਹੋਇਆ, ਜ਼ਰੂਰੀ ਨਹੀਂ ਵੀ ਘਰ ਵਾਲੇ ਹੀ ਅੱਧਾ ਕੰਮ ਕਰਦਾ ਹੋਵੇ, ਘਰ ਵਾਲੀ ਵੀ ਅੱਧੀ ਕੰਮ ਕਰ ਸਕਦੇ ਜਿਵੇਂ ਆਪਾਂ ਦੇਖਿਆ। ਤਾਂ ਆਹ ਵੀਡੀਓ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ, ਆਪਣੇ ਟਿੱਪਣੀਆਂ ਜ਼ਰੂਰ ਦਿਓ ਸਾਨੂੰ ਵੀ ਕਿੱਦਾਂ ਲੱਗੀ, ਬਾਕੀ ਏਦਾਂ ਦੇ ਘਰੇਲੂ ਟੌਪਿਕ ਲੈ ਕੇ ਆਉਂਦੇ ਰਹਾਂਗੇ। ਸਾਨੂੰ ਬਹੁਤ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਜਦ ਤੁਸੀਂ ਸਾਡੀ ਵੀਡੀਓਜ਼ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਮੈਂਟ ਕਰਦੇ ਹੋ, ਤੇ ਕਮੈਂਟਸ ਦੇ ਵਿੱਚ ਆਪਣੇ ਐਗਜ਼ਾਮਪਲਸ ਜਾਂ ਆਪਣੀ ਸਟੋਰੀਜ਼ ਦੱਸ ਦਿਓ ਕਿ ਹਾਂ ਏਦਾਂ ਤੁਹਾਡੇ ਨਾਲ ਵੀ ਹੋਇਆ ਜਾਂ ਫਿਰ ਕੁਝ ਹਟ ਕੇ ਹੋਇਆ। ਪਲੀਜ਼ ਤੁਸੀਂ ਦੱਸਿਓ ਵੀ ਤੁਹਾਡੇ ਨਾਲ ਦਾ ਅੱਧਾ ਕੰਮ ਕਿਹੜਾ ਕਰਦਾ, ਉਹ ਕੰਮ ਕਿਹੜਾ ਹੁੰਦਾ ਅੱਧਾ ਜਿਹੜਾ ਕਰਦਾ। ਅਸੀਂ ਜਿੰਨੇ ਕੁ ਸਾਨੂੰ ਯਾਦ ਆਏ ਅਸੀਂ ਦੱਸਦੇ, ਸਾਰੇ ਸਾਰੇ ਐਗਜ਼ਾਮਪਲ ਸੱਚੇ ਨੇ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।